ਨਾਲ ਸਾਬਕਾ ਐਮਐਲਏ ਕਾਂਗਰਸ ਕੁਲਦੀਪ ਵੈਦ ਸਾਹਿਬ ਫੋਨ ਲਾਈਨ ਤੇ ਜੁੜ ਰਹੇ ਨੇ। ਕੁਲਦੀਪ ਵੈਦ ਸਾਹਿਬ ਬਹੁਤ ਬਹੁਤ ਸਵਾਗਤ ਹੈ ਤੁਹਾਡਾ। ਸੁਨੀਲ ਜਾਖੜ ਜੋ ਬਿਆਨ ਦੇ ਰਹੇ ਨੇ ਉਸ ਨੂੰ ਤੁਸੀਂ ਕਿਵੇਂ ਦੇਖਦੇ ਹੋ? ਦੇਖੋ ਸਾਡੇ ਬਹੁਤ ਹੀ ਸੀਨੀਅਰ ਲੀਡਰ ਨੇ, ਇਹਨਾਂ ਦੇ ਪਿਤਾ ਜੀ ਦੀ ਬਹੁਤ ਵੱਡੀ ਕੰਟਰੀਬਿਊਸ਼ਨ ਆ ਕਾਂਗਰਸ ਨੂੰ ਜੀ। ਲੇਕਿਨ ਕੁਝ ਹਾਲਾਤ ਇਹੋ ਜਿਹੇ ਬਣੇ, ਜਾਖੜ ਸਾਹਿਬ ਵੱਲੋਂ ਜਿਹੜੇ ਬਿਆਨ ਦਿੱਤੇ ਗਏ ਉਹ ਕਿਸੇ ਨੂੰ ਵੀ ਠੀਕ ਨਹੀਂ ਲੱਗੇ। ਚਾਹੇ ਉਹ ਚੰਨੀ ਸਾਹਿਬ ਦੇ ਖਿਲਾਫ ਬਿਆਨ ਦੇਣਾ ਸੀ, ਠੀਕ ਆ, ਉਹਨਾਂ ਨੇ ਮਾਫੀ ਮੰਗ ਲਈ, ਅਸੀਂ ਉਹਨਾਂ ਦਾ ਬਹੁਤ ਇੱਜ਼ਤ ਮਾਣ ਤੇ ਸਤਿਕਾਰ ਕਰਦੇ ਹਾਂ। ਪਾਰਟੀ ਹਾਈ ਕਮਾਂਡ ਨੇ ਜੋ ਐਕਸ਼ਨ ਲਿਆ ਉਹਦੇ ਬਾਰੇ ਵੀ ਆਪਾਂ ਸਾਰਿਆਂ ਨੂੰ ਪਤਾ ਜੀ। ਸਾਨੂੰ ਪਾਰਟੀ ਹਾਈ ਕਮਾਂਡ ਦਾ ਜਿਹੜਾ ਫੈਸਲਾ ਆ, ਬੀਂਗ ਸਟਰੋਂਗ ਕਾਂਗਰਸੀ, ਸਾਨੂੰ ਉਹ ਐਜ਼ ਇਟ ਇਜ਼ ਮੰਨਣਾ ਚਾਹੀਦਾ, ਸਾਨੂੰ ਕਿੰਤੂ ਪਰੰਤੂ ਉਹਦੇ ਤੇ ਨਹੀਂ ਕਰਨਾ ਚਾਹੀਦਾ। ਜਿੱਥੋਂ ਤੱਕ ਸੁਨੀਲ ਜਾਖੜ ਜੀ ਦੇ ਬਿਆਨ ਦਾ ਸੰਬੰਧ ਹੈ, ਜਾਂ ਉਹਨਾਂ ਨੇ ਕੋਈ ਤੇਵਰ ਵਿਖਾਏਗਾ, ਮੈਂ ਤੇਵਰਾਂ ਵਾਲੀ ਤਾਂ ਗੱਲ ਡਾਈਜੈਸਟ ਨਹੀਂ ਹੁੰਦੀ। ਸਾਡੇ ਬਹੁਤ ਹੀ ਸੀਜ਼ਨਡ ਲੀਡਰ ਨੇ, ਇਹੋ ਜਿਹੀ ਕੋਈ ਗੱਲ ਹੋਣੀ ਨਹੀਂ ਚਾਹੀਦੀ। ਜਾਖੜ ਸਾਹਿਬ ਦੇ ਬਿਆਨ ਸੁਣ ਕੇ, ਸਾਡੇ ਬਹੁਤ ਸਤਿਕਾਰਯੋਗ ਲੀਡਰ ਨੇ, ਮੈਂ ਬਾਰ ਬਾਰ ਕਹਿ ਰਿਹਾ, ਤੇ ਜੋ ਉਹਨਾਂ ਨੂੰ ਕਿਹਾ ਗਿਆ, ਜੇ ਜਿਹੜੀ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਉਹਨਾਂ ਨੂੰ ਸੁਣਿਆ ਨਹੀਂ ਗਿਆ, ਮੈਂ ਇਸ ਗੱਲ ਨਾਲ ਸਹਿਮਤ ਹਾਂ। ਪਾਰਟੀ ਹਾਈ ਕਮਾਂਡ ਨੂੰ ਉਹਨਾਂ ਨੂੰ ਬੁਲਾ ਕੇ ਸੁਣਨਾ ਚਾਹੀਦਾ ਸੀਗਾ, ਸੁਣ ਕੇ ਫਿਰ ਕੋਈ ਫੈਸਲਾ ਕਰਨਾ ਚਾਹੀਦਾ। ਮੈਂ ਇਸ ਗੱਲ ਨਾਲ ਸਹਿਮਤ ਹਾਂ, ਜੋ ਉਹਨਾਂ ਨੇ ਗੱਲ ਕਹੀ ਹੈ ਉਹ ਠੀਕ ਕਹੀ ਹੈ। ਵੈਸੇ ਹਾਈਕਮਾਨ ਦੇ ਫੈਸਲੇ ਜਿਹੜੇ ਹੋ ਰਹੇ ਆ ਲਗਾਤਾਰ, ਸਰਕਾਰ ਬਣਨ ਤੋਂ ਬਾਅਦ ਹੁਣ ਵਿਰੋਧੀ ਧਿਰ ਬਣਨ ਤੱਕ, ਪੰਜਾਬ ਕਾਂਗਰਸ ਦੇ ਮੁਤਲਕ ਜਿਹੜੇ ਫੈਸਲੇ ਹੋ ਰਹੇ ਆ, ਉਹਨਾਂ ਸਾਰੇ ਫੈਸਲਿਆਂ ਨੂੰ 100% ਸਹੀ ਮੰਨਦੇ ਹੋ ਤੁਸੀਂ? ਦੇਖੋ ਇਸ ਤਰ੍ਹਾਂ, ਅਸੀਂ ਬੜੇ ਸਟਾਂਚ ਕੀ ਕਹਿ ਲਓ ਸਿਪਾਹੀ ਹਾਂ ਕਾਂਗਰਸ ਦੇ। ਜੋ ਵੀ ਪਾਰਟੀ ਹਾਈਕਮਾਂਡ ਫੈਸਲਾ ਕਰਦੀ ਉਹ ਬਿਲਕੁਲ ਠੀਕ ਕਰਦੀ ਹੈ, ਲੇਕਿਨ ਉਹ ਵੀ ਸਾਡੇ ਵਰਗੇ ਹਿਊਮਨ ਬੀਂਗ ਹੈ, ਕਿਤੇ ਨਾ ਕਿਤੇ ਕੋਈ ਐਰਰ ਆ ਸਕਦੀ ਹੈ। ਅਸੀਂ ਗੱਲ ਕਰਾਂਗੇ ਸਾਡੀ ਪਾਰਟੀ ਹਾਈਕਮਾਂਡ ਨਾਲ ਵੀ, ਤੇ ਜਿਹੜੇ ਸਾਡੇ ਹੋਰ ਵੱਡੇ ਲੀਡਰ ਨੇ ਉਹਨਾਂ ਨਾਲ ਵੀ ਗੱਲ ਕਰਾਂਗੇ। ਚਲੋ, ਬਰਿੰਦਰ ਢਿੱਲੋਂ ਸਾਹਿਬ ਵੀ ਸਾਡੇ ਨਾਲ ਜੁੜ ਰਹੇ ਨੇ, ਪ੍ਰਧਾਨ ਨੇ ਪੰਜਾਬ ਯੂਥ ਕਾਂਗਰਸ ਦੇ। ਬਰਿੰਦਰ ਢਿੱਲੋਂ ਸਾਹਿਬ, ਸੁਨੀਲ ਜਾਖੜ ਜਿਸ ਤਰੀਕੇ ਦਾ ਬਿਆਨ ਹੁਣ ਦੇ ਰਹੇ ਨੇ ਉਸ ਨੂੰ ਕਿਸ ਤਰੀਕੇ ਦੇਖਦੇ ਹੋ ਤੁਸੀਂ? ਬਰਿੰਦਰ ਢਿੱਲੋਂ ਨਾਲ ਵੀ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਅਸੀਂ, ਤੇ ਇਹ ਪੂਰਾ ਸਿਨੈਰੀਓ ਜਿਹੜਾ ਹੈਗਾ ਉਹਨਾਂ ਨੇ ਸਿੱਧੇ ਤੌਰ ਤੇ ਕਹਿ ਦਿੱਤਾ ਕਿ PM ਹੀ ਨਹੀਂ, ਮੇਰੇ ਤਾਂ ਸਾਰੇ ਵਿਰੋਧੀਆਂ ਦੇ ਨਾਲ ਵੀ ਚੰਗੇ ਸੰਬੰਧ ਨੇ, ਔਰ ਇਹ ਚੰਗੇ ਸੰਬੰਧ ਜਿਹੜੇ ਹੈਗੇ ਨੇ ਉਸ ਨੂੰ ਉਹਨਾਂ ਦੀ ਪਾਰਟੀ ਦੇ ਆਗੂ ਵੀ ਮੰਨਦੇ ਨੇ, ਬੜੇ ਸੀਨੀਅਰ ਲੀਡਰ ਨੇ ਸਾਡੇ, ਕੁਲਦੀਪ ਵੈਦ ਸਾਹਿਬ ਕਹਿ ਰਹੇ ਨੇ। ਕੁਲਦੀਪ ਵੈਦ ਸਾਹਿਬ, ਬਹੁਤ ਸਿੱਧੀ ਜਿਹੀ ਗੱਲ ਹੈ, ਸੁਨੀਲ ਜਾਖੜ ਕਹਿ ਰਹੇ ਨੇ ਕਿ ਮੇਰੀ 3 ਪੀੜ੍ਹੀਆਂ ਮੇਰੇ ਪਰਿਵਾਰ ਦੀ ਕਾਂਗਰਸ ਦੀ ਸੇਵਾ ਵਿੱਚ ਲੱਗੀਆਂ ਹੋਈਆਂ ਨੇ, ਆਤਮ ਸਨਮਾਨ ਤੇ ਸੱਟ ਮਾਰ ਕੇ ਮੈਨੂੰ ਲਲਕਾਰਿਆ ਗਿਆ। ਇਸ ਬਿਆਨ ਨੂੰ ਅਸੀਂ ਕਿਵੇਂ ਵੇਖੀਏ? ਜੋ ਸੁਨੀਲ ਜਾਖੜ ਦੇ ਨਾਲ ਹੋਇਆ ਉਹ ਆਉਣ ਵਾਲੇ ਦਿਨਾਂ ਵਿੱਚ ਕਿਸੇ ਹੋਰ ਨਾਲ ਵੀ ਹੋ ਸਕਦਾ? ਨਹੀਂ, ਪਰ ਇਹ ਕਿਉਂ ਹੋਇਆ ਇਹਦਾ ਵੀ ਤਾਂ ਆਪਾਂ ਨੂੰ ਰਿਜ਼ਲਟ ਕੱਢਣਾ ਚਾਹੀਦਾ, ਇਹ ਸਾਰੀ ਘਟਨਾਕ੍ਰਮ ਕਿਉਂ ਹੋਇਆ। ਸੁਨੀਲ ਜਾਖੜ ਜੀ, ਮੈਂ ਪਹਿਲਾਂ ਵੀ ਕਹਿਣਾ, ਮੇਰੇ ਉਹਨਾਂ ਨਾਲ ਪਰਸਨਲ ਬਹੁਤ ਅੱਛੇ ਰਿਲੇਸ਼ਨ ਆ, ਲੇਕਿਨ ਜਿਹੜੇ 2 ਉਹਨਾਂ ਦੇ ਬਿਆਨ ਆਏ ਉਹ ਠੀਕ ਨਹੀਂ ਆਏ। ਇੱਕ ਬਿਆਨ ਤੇ ਉਹਨਾਂ ਨੇ ਮਾਫੀ ਮੰਗ ਲਈ, ਪਹਿਲਾ ਬਿਆਨ ਜਿਸ ਦੀ ਗੱਲ ਕਰ ਰਹੇ ਹੋ ਤੁਸੀਂ, ਜਿਸ ਤੇ ਐਕਸ਼ਨ ਹੋਇਆ, ਹਿੰਦੂ ਚਿਹਰੇ ਨੂੰ CM ਨਾ ਬਣਾਇਆ ਜਾਵੇ, ਇਸ ਮੁਤਲਕ ਬਿਆਨ ਦੀ ਗੱਲ ਕਰ ਰਹੇ ਹੋ? ਦੇਖੋ, 2 ਬਿਆਨ ਉਹਨਾਂ ਦੇ, ਇੱਕ ਇਹ ਵੀ ਆਇਆ ਤੇ ਇੱਕ ਜਿਹੜਾ ਚੰਨੀ ਸਾਹਿਬ ਦੇ ਖਿਲਾਫ ਆਇਆ, ਉਹਨੇ ਵੀ ਸਾਨੂੰ ਬਹੁਤ ਡੈਮੇਜ ਕੀਤਾ, ਉਹਦੇ ਵਾਸਤੇ ਆਨਰੇਬਲ ਜਾਖੜ ਸਾਹਿਬ ਨੇ ਮਾਫੀ ਮੰਗ ਲਈ ਹੈ, ਇਹਦੇ ਚ ਕੋਈ ਦੋ ਰਾਵਾਂ ਨਹੀਂ ਹੈ। ਲੇਕਿਨ ਇੱਕ ਜਿਹੜਾ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਪਾਰਟੀ ਹਾਈ ਕਮਾਂਡ ਨੂੰ ਮੈਨੂੰ ਬੁਲਾ ਕੇ ਸੁਣ ਲੈਣਾ ਚਾਹੀਦਾ ਸੀ, ਇਹਦੇ ਵਿੱਚ ਕੀ ਅਤਕਥਨੀਆਂ ਸੁਣਨਾ ਚਾਹੀਦਾ ਸੀ? ਜਾਖੜ ਸਾਹਿਬ ਨੇ ਜਿਹੜੀ ਗੱਲ ਕਹੀ ਹੈ ਕਿ ਉਹਨਾਂ ਦਾ 3 ਪੀੜ੍ਹੀ ਹੈ, ਬਿਲਕੁਲ ਠੀਕ ਹੈ। ਜਾਖੜ ਸਾਹਿਬ ਦੇ ਫਾਦਰ ਸੁਨੀਲ ਜੀ ਦੇ, ਵੱਡੇ ਜਾਖੜ ਸਾਹਿਬ ਸਪੀਕਰ ਰਹੇ, ਮਿਨਿਸਟਰ ਰਹੇ ਕਾਂਗਰਸ ਦੇ ਵਿੱਚ, ਉਹਨਾਂ ਸਮਿਆਂ ਦੇ ਵਿੱਚ ਜਦੋਂ ਮਤਲਬ ਕਿ ਸਾਨੂੰ ਪੰਜਾਬ ਦੀ ਲੀਡਰਸ਼ਿਪ ਦੀ ਲੋੜ ਸੀ, ਇਹਨਾਂ ਦੇ ਫਾਦਰ ਨੇ ਬਹੁਤ ਅੱਛੀ ਲੀਡਰਸ਼ਿਪ ਦਿੱਤੀ, ਗਾਈਡੈਂਸ ਦਿੱਤੀ। ਸੋ ਇਹਦੇ ਕਿਹੜੇ ਵਾਸਤੇ ਜਾਖੜ ਸਾਹਿਬ ਨੇ ਬਿਲਕੁਲ ਠੀਕ ਕਿਹਾ, ਸੁਣ ਲੈਣਾ ਚਾਹੀਦਾ ਸੀ। ਐਡੇ ਵੱਡੇ ਲੀਡਰ ਆ, ਮੈਂਬਰ ਪਾਰਲੀਮੈਂਟ ਰਹੇ ਆ, ਪੰਜਾਬ ਦੇ ਪ੍ਰਧਾਨ ਰਹੇ ਨੇ। ਸੋ ਜਿਹੜੀ ਦੂਸਰੀ ਜਾਖੜ ਸਾਹਿਬ ਠੀਕ ਕਹਿ ਰਹੇ ਨੇ, ਦੂਜੇ ਬਿਆਨ ਤੇ ਮਾਫੀ ਮੰਗ ਲਈ ਹੈ, ਇੱਕ ਪਾਸੇ ਤੁਸੀਂ ਕਹਿ ਰਹੇ ਹੋ ਵੀ ਜਾਖੜ ਸਾਹਿਬ ਠੀਕ ਕਹਿ ਰਹੇ ਨੇ, ਤਾਂ ਫਿਰ ਸਵਾਲ ਫਿਰ ਹਾਈਕਮਾਨ ਦੇ ਵੱਲ ਖੜੇ ਹੁੰਦੇ ਆ, ਹਾਈਕਮਾਨ ਕਿਤੇ ਨਾ ਕਿਤੇ ਫਾਲਟ ਤੇ ਹੈਗੀ। ਮੇਰੇ ਮੁਤਾਬਕ, ਇਹ ਮੇਰਾ ਪਰਸਨਲ ਸੋਚ ਹੈ ਕਿ ਇਹਨਾਂ ਨੂੰ ਉੱਥੇ ਬੁਲਾ ਕੇ ਇਹਨਾਂ ਨਾਲ ਗੱਲਬਾਤ ਕਰਨੀ ਚਾਹੀਦੀ ਸੀ। ਹਾਈਕਮਾਨ ਨੇ ਗਲਤੀ ਕਰਤੀ? ਮੈਂ ਨਹੀਂ ਕਹਿ ਸਕਦਾ ਗਲਤੀ ਕੀਤੀ ਹੈ, ਬਟ ਮੇਰੀ ਸੋਚ ਮੁਤਾਬਕ ਇਹਨਾਂ ਨੂੰ ਸੁਣਨਾ ਚਾਹੀਦਾ ਸੀ। ਚਲੋ, ਸੁਣਨਾ ਚਾਹੀਦਾ ਸੀਗਾ ਪਰ ਸੁਣਿਆ ਨਹੀਂ ਗਿਆ। ਤੁਹਾਡੀ ਵੀ ਆਪਣੀ ਮਜਬੂਰੀਆਂ ਵੀ ਹੋ ਸਕਦੀਆਂ ਨੇ, ਤੁਸੀਂ ਇੱਕ ਸਿਪਾਹੀ ਆਪਣੇ ਆਪ ਨੂੰ ਦੱਸਦੇ ਹੋ ਕਾਂਗਰਸ ਦੇ, ਸਿਪਾਹੀ
हाई कमान से सवाल खड़े कर सकता है नहीं, ये भी अपने आप सवाल है। बहुत बहुत शुक्रिया कुलदीप पैथ साहब साढ़े गलबात करने के लिए। पर कुलदीप पैथ साहब ये जरूर मन गए कि जाखड़ साहब को सुनाया जा सकता है, हाईकमान उन्होंने सुन सकती थी।